ਸਵਾਗਤ ਹੈ ਅੱਜ ਦੇ ਟੈਂਸ਼ ਅੱਜ ਦੇ ਬਲੌਗ 'ਚ। ਔਰ ਕੱਲ੍ਹ ਤੁਸੀਂ ਦੇਖ ਚੁੱਕੇ ਆ ਜਨਮਦਿਨ ਕਿੱਦਾਂ ਦਾ ਰਿਹਾ ਔਰ ਕਿੱਦਾਂ ਸੈਲੀਬ੍ਰੇਟ ਕੀਤਾ। ਔਰ ਅੱਜ ਆਪਾਂ ਚੱਲੇ ਹਾਂ ਆਪਣੇ ਕੱਲ੍ਹ ਦਾ ਰਹਿਣੀ ਆ, ਮਤਲਬ ਅੱਜ ਦਾ ਰਹਿਣਾ ਕੱਲ੍ਹ ਪਾਰਟੀ ਬੱਸ ਵਿੱਚ, ਉਹਦੇ ਵਾਸਤੇ ਜਿੱਥੇ ਜਾਣਾ ਵਾ ਉਹਨਾਂ ਨੂੰ ਪੁੱਛ ਕੇ ਨਾ ਵਾ, ਠੀਕ ਹੈ। ਔਰ ਚੱਲ ਕੇ ਉਹਨੂੰ ਬੁੱਕ ਕਰੀਏ ਔਰ ਉਹਨਾਂ ਨੂੰ ਪੁੱਛੀਏ ਕੀ ਔਰ ਉਹਨਾਂ ਦਾ ਮੀਨੂ ਵਗੈਰਾ ਚੈੱਕ ਕਰਕੇ ਸਾਰੇ, ਔਰ ਆਉਣ ਵਾਲੇ ਗੈਸਟਾਂ ਨੂੰ ਫਿਰ ਉਸ ਤੋਂ ਬਾਅਦ ਇਨਵੀਟੇਸ਼ਨ ਦੇਣਾ, ਆ ਜਾਏ ਜਾ ਕੇ ਉਹਨਾਂ ਜਲਦੀ ਸਾਹਿਲ ਦਾ ਗੱਲਾਂ ਕਰੀ ਜਾਂਦੇ ਹਾਂ, ਉਹਦਾ ਰੌਲਾ ਸ਼ਾਇਦ ਆਉਂਦਾ ਰਹੇ, ਠੀਕ ਆ। ਹੁਣ ਜਾ ਕੇ ਉੱਥੇ ਪਹਿਲਾਂ ਸਾਹਿਲ ਨੂੰ ਫੋਨ ਕਰਕੇ ਚਲੀਏ, ਉੱਥੇ ਜਾ ਕੇ ਉਹ ਖਾ ਕੇ ਚੰਗੀ ਤਰ੍ਹਾਂ ਖਾ ਕੇ ਫਿਰ ਤੁਹਾਨੂੰ ਦੱਸੂਗਾ ਵੀ ਕਿੰਨੇ ਵਜੇ ਔਰ ਕੀ ਆ, ਕਿੰਨੇ ਕਿੰਨੇ ਆਉਣਾ, ਠੀਕ ਆ। ਔਰ ਕੱਲ੍ਹ ਦਾ ਵਲੌਗ ਤੁਹਾਨੂੰ ਪਤਾ ਹੀ ਰੇਡੀ ਆ, ਠੀਕ ਆ, ਸ਼ੇਅਰ ਕਰੋ। ਵੈਸੇ ਪਹਿਲੇ ਕਈ ਵਲੌਗ ਕਰਾ ਰਹੇ ਵੀ ਉਹ ਬਾਅਦ ਦੀ ਗੱਲਾਂ, ਪਹਿਲਾਂ ਇਹ ਗੱਲ ਦੀ ਤੁਹਾਨੂੰ ਆ ਸ਼ੇਅਰ ਕਰੂੰਗਾ ਇੰਸਟੈਂਟ ਜਿਹੜੇ ਆ, ਠੀਕ ਆ। ਅਤੇ ਚੱਲ ਕੇ ਫੋਕਸ ਆ, ਫੋਕਸ ਵਧੀਆ ਬੈਠਣ ਵਾਸਤੇ ਸਿਟਿੰਗ ਅਤੇ ਖਾਣਾ ਕਿੱਦਾਂ ਵਾ ਔਰ ਕੀ ਚੀਜ਼ ਆ ਜਾਂ ਕੀ ਜੋ ਵੀ ਆ ਸਾਰਾ ਕੁਝ ਸ਼ੇਅਰ ਕਰਾਂਗੇ, ਠੀਕ ਆ। ਔਰ ਸਾਹਿਲ ਨੂੰ ਲੈ ਕੇ ਚੱਲਦਾ, ਮਿਲਦਾ ਇਸ ਵਾਰ, ਠੀਕ ਆ। ਸਾਹਿਲ ਨੂੰ ਮਿਲ ਤਾਂ ਚੱਲੇ ਹਾਂ ਜੀ, ਠੀਕ ਆ, ਤੁਰ ਕੇ। ਜ਼ਿਆਦਾ ਟਾਈਮ ਤਾਂ ਲੱਗਣਾ ਨਹੀਂ ਆਪਾਂ ਨੂੰ, ਤੁਹਾਨੂੰ ਪਤਾ ਹੀ ਆ ਆਹ ਮੋੜ ਮਰਦੇ ਸਾਰੀ ਹੌਕਰ ਆ, ਠੀਕ ਆ। ਅਤੇ ਉਹਨਾਂ ਨੂੰ ਪੁੱਛ ਕੇ ਅਤੇ ਫਿਰ ਆਈਏ, ਨਾਲੇ ਆਪਾਂ ਨੂੰ ਟਾਈਮ ਦਾ ਪਤਾ ਲੱਗ ਜੂ। ਸਾਹਿਲ ਆਉਂਦਾ ਪਿਆ ਵਾ, ਠੀਕ ਆ। ਅਤੇ ਬਾਕੀ ਉੱਥੇ ਚੱਲ ਕੇ ਵੇਖਦੇ ਹਾਂ, ਠੀਕ ਆ। ਆਹ ਵੇਖ ਸਕਦੇ ਹਾਂ ਸਨੈਕਰ ਆ, ਨਾਲ ਹੀ ਹੌਕਰ ਆ, ਠੀਕ ਆ। ਚੱਲ ਤਾਂ ਹਾਂਜੀ, ਸਵਾਗਤ ਆ। ਔਰ ਤੁਸੀਂ ਵੇਖਿਆ ਆਪਾਂ ਗਏ ਔਰ ਜਾਂਦੇ ਸਾਰ ਹੀ ਪਹਿਲਾਂ ਤੁਸੀਂ ਦੱਸਾਂ ਮਾਹੌਲ ਇੱਦਾਂ ਦਾ ਕੁਝ ਬਣਿਆ ਕਿ ਸਿੱਧਾ ਸਿੱਧਾ ਮੈਂ ਦੱਸਦਾ ਡਿਫਰੈਂਟ ਖਾਲੀ ਰੋਡ ਆ, ਪਰ ਫਿਰ ਵੀ ਟਰੱਕ ਵਾਲੇ ਨੂੰ ਪਤਾ ਨਹੀਂ ਕੀ ਦੇਖ ਰਿਹਾ ਵਾ, ਹੋਰਨ ਤੇ ਹੋਰਨ ਦੇ ਰਿਹਾ। ਚਲੋ ਮੁੜਦੇ ਹਾਂ ਫਿਰ ਟੋਪਿਕ 'ਤੇ ਵਾਪਸ। ਔਰ ਜਾ ਕੇ ਉੱਥੇ ਮੈਂ ਪਹਿਲਾਂ ਮੈਂ ਕਿਹਾ ਚਲੋ ਗੱਲਬਾਤ ਕਰ ਹੀ ਲਵਾਂ, ਫਿਰ ਹੀ ਵਲੌਗ ਬਣਾਉਂਦਾ ਫਾਇਦਾ। ਤਾਂ ਭਾਈ ਤੁਹਾਨੂੰ ਮੈਂ ਡਿਫਰੈਂਸ ਦੱਸਦਾ ਫਿਰੋਜ਼ਪੁਰ ਦਾ ਅਤੇ ਇੱਥੋਂ ਦਾ। ਸਾਨੂੰ ਫਿਰੋਜ਼ਪੁਰ 'ਚ ਮਿਲਦਾ ਵਾ ਹਾਲ ਵਿਦ ਏ ਸੀ ਔਰ ਸਾਊਂਡ ਬਾਰ 2000 ਰੁਪਏ। ਉਹਦੇ 'ਚ ਕੀ ਆ ਬਈ 2000 ਉਹਦਾ ਰੈਂਟ ਨਹੀਂ ਗਾ, ਨਾ ਕੋਈ ਸਪੈਸ਼ਲੀ ਕੋਈ ਕਹਿ ਦੀ ਕੋਈ ਕਿਰਾਇਆ ਜਾਂ ਕੁਝ ਕੁਝ, ਤੁਹਾਡਾ 2000 ਰੁਪਏ ਦਾ ਖਾਣ ਦਾ ਬਿੱਲ ਹੋਣਾ ਚਾਹੀਦਾ। 2000 ਮਿਨੀਮਮ ਅਬਵ ਹੋ ਜਾਵੇ ਤਾਂ ਉਹ ਤੁਹਾਡੇ 'ਤੇ, ਅਗਰ ਜ਼ਿਆਦਾ ਹੁੰਦਾ ਵਾ ਤਾਂ ਤੁਹਾਨੂੰ ਟਾਈਮ ਵੀ ਵੱਧ ਮਿਲੂਗਾ, ਏ ਸੀ ਵੀ, ਚਲੋ ਏ ਸੀ ਤਾਂ ਹੈਗਾ ਸਾਊਂਡ ਜਿਵੇਂ ਮਰਜ਼ੀ ਯੂਜ਼ ਕਰੋ। ਅਤੇ ਮੈਂ ਥੋੜ੍ਹਾ ਇੱਥੋਂ ਕਹਿ ਦੀਏ ਭਾਈ ਡਿਸਪੁਆਇੰਟਡ ਹੋਇਆ, ਡਿਸਪੁਆਇੰਟਡ ਕਿ ਭਾਈ ਉੱਥੇ ਸਾਨੂੰ ਇੰਨੀ ਫੈਸਿਲਿਟੀ ਮਿਲਦੀ ਆ, ਸਾਊਂਡ ਬਾਰ ਮਿਲਦਾ ਬਹੁਤ ਵਧੀਆ, ਏ ਸੀ ਰੂਮ ਮਿਲਦਾ, ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਵੀ ਦਿੱਕਤ ਨਹੀਂ, ਪਰੇਸ਼ਾਨੀ ਨਹੀਂ, ਕੁਝ ਨਹੀਂ। ਲੈਣ ਦੇਣ ਉਹਨਾਂ ਨੇ ਸਾਡੇ ਕੋਲ ਨਹੀਂ ਆਉਣਾ, ਬਸ ਸਾਨੂੰ ਜਿਹੜਾ ਸਰਵ ਕਰ ਲਿਆ ਉਹ ਤੋਂ ਬਾਅਦ ਜਿਵੇਂ ਅਸੀਂ ਇੰਜੋਏ ਕਰਦੇ ਪਏ ਹਾਂ ਬਸ। ਉਹ ਸ਼ਾਇਦ ਤੁਸੀਂ ਵੇਖਿਆ ਜੋਕਾ ਜਦੋਂ ਗਏ ਸੀਗੇ, ਦਿਖਾਏ ਨਾ ਮੈਂ ਉਹ ਪਿਛਲੇ ਵਲੌਗ 'ਚ ਸੁਣਿਆ ਦੇ, ਉਹ ਵੀ ਜਾ ਕੇ ਚੈੱਕ ਕਰ ਲਏ ਜੇ ਤੁਹਾਨੂੰ ਦੇਖਣਾ ਵਾ ਵੀ ਕਿੱਦਾਂ ਦੀ ਆਪਾਂ ਨੂੰ ਡੈਕੋਰੇਸ਼ਨ ਮਿਲਦੀ ਹੈ। ਇੱਥੇ ਨਾਲੋਂ ਤਾਂ ਕਈ ਗੁਣਾ ਬੈਸਟ ਆ, ਕੋਈ ਗੁਣਾ ਬੈਸਟ। ਔਰ ਇੱਥੇ ਸਾਨੂੰ ਕਹਿੰਦੇ ਮਿਨੀਮਮ ਤੁਹਾਡਾ ਅਗਰ ਤੁਸੀਂ ਇੱਥੇ ਲੈਣਾ ਨਾ ਲਾਈਕ ਰੂਮ ਜਾਂ ਹੋਲ, ਮਿਨੀਮਮ ਤੁਸੀਂ 5000 ਰੁਪਏ ਦਾ ਬਿੱਲ ਕਰਾਓ ਮਿਨੀਮਮ। ਮੈਂ ਕਿਹਾ ਯਾਰ ਭਾਈ 5000 ਰੁਪਇਆ, ਸਾਨੂੰ 2000 ਰੁਪਏ 'ਚ ਮਿਲਦਾ ਸਭ ਕੁਝ, ਸਭ ਕੁਝ ਔਰ ਫੁੱਲ ਇੰਜੋਏ। ਔਰ ਤੁਸੀਂ 5000 ਕਹਿ ਰਹੇ ਹੋ, ਨਾ ਤੁਹਾਡੀ ਕੋਈ ਪਲੇਸ ਇੰਨੀ ਕੋਈ ਬੈਸਟ ਆ, ਕੋਈ ਖਾਸ ਨਹੀਂ,
ਕਾਲੇ ਮੈਂ ਵੇਖਿਆ ਨਹੀਂ, ਚਲੋ ਹੁਣ ਹੁਣ ਤਾਂ, ਪਰ ਜਦੋਂ ਮੈਂ ਪਹਿਲਾਂ ਵੇਖਿਆ ਨਹੀਂ ਪਾਲਕੇ ਕਰਕੇ, ਪਰ ਉੱਥੇ ਪਹੁੰਚ ਗਏ ਅਤੇ ਡਿਸਅਪੁਆਇੰਟਡ ਹੋਇਆ। ਪਰ ਕੋਈ ਨਹੀਂ, ਚਲੋ ਜਿਵੇਂ ਵੀ ਸੀ ਆਪਾਂ ਕਈ ਕਾਰਨਾਂ ਕਰਕੇ ਕੀਤਾ, ਠੀਕ ਹੈ। ਫਸਟ ਜਿਹੜਾ ਸੀਗਾ ਫਸਟ ਕਾਰਨ ਜਿਹੜਾ, ਮੰਮੀ ਨਹੀਂ ਕਹਿੰਦੇ ਵੀ ਸਾਡੇ ਕੋਲ ਫਿਰੋਜ਼ਪੁਰ ਨਹੀਂ ਜਾਇਆ ਨਾ, ਅਤੇ ਨਾ ਹੀ ਅਸੀਂ ਜਾ ਸਕਦੇ ਨਾਲ ਹੀ, ਕਿਉਂਕਿ ਮੈਂ ਫੈਮਲੀ ਆਪਣੀ ਸਾਰੀ ਬੁਲਾ ਲਈ ਉੱਧਰੋਂ, ਚਾਚੇ ਧਰਮੀ ਕੇ ਚਾਚੇ ਪਾਤੀ ਕੇ ਨਾ ਪ੍ਰਭ ਸੀ ਹੋਣੀ, ਠੀਕ ਹੈ, ਔਰ ਨਾਲ ਦੇ ਫਰੈਂਡ ਵੀ। ਮੈਂ ਕਿਹਾ ਚਲੋ ਯਾਰ ਉਹਨਾਂ ਨੂੰ ਕਿੱਥੇ ਫਿਰੋਜ਼ਪੁਰ ਲੈ ਕੇ ਜਾਊਂਗਾ ਸਾਰਿਆਂ ਨੂੰ, ਟੋਟਲ ਵੀ ਆਪਣੇ ਇੱਕ ਪਰਸਨ ਆਪਣਾ ਆਦੀ ਉਹਨੇ ਆਉਣਾ ਨਾ, ਔਰ ਉਹਨੇ ਫਿਰੋਜ਼ਪੁਰ ਆਉਣਾ। ਫਿਰ ਮੈਂ ਕਿਹਾ ਚੱਲ ਯਾਰ ਉਹ ਆ ਜਾਊਗਾ ਆਪਣੇ ਕੋਲ, ਸਾਰੇ ਘਰ ਦੇ ਇੱਥੇ ਹੋਣਗੇ, ਔਰ ਇਸ ਤੋਂ ਇਲਾਵਾ ਸਾਰਾ ਕੁਝ ਹੀ ਕੰਮ ਕਿੱਦਾਂ ਫਿਰ ਮਿਲਦਾ, ਇਸ ਤੋਂ ਬਾਅਦ ਦੀ ਸਟੋਰੀ ਇੱਥੇ ਕੰਟੀਨਿਊ ਕਰਦੇ। ਪਹਿਲਾਂ ਮੈਂ ਤੁਹਾਨੂੰ ਮੋਟਾ ਮੋਟਾ ਦੱਸਾਂ, ਅੱਜ ਸਾਡੇ ਬਹੁਤ ਜ਼ਿਆਦਾ ਚੱਲਿਆ ਹਨੇਰ, ਠੀਕ ਆ। ਹਨੇਰ ਕਰਕੇ ਕੀ ਹੋਇਆ ਵੀ ਲਾਈਟ ਆਪਣੀ ਗਈ ਜਿਹੜੀ ਸ਼ਾਮ ਦੀ ਕਰੀਬ 5-6-7 ਵਜੇ ਦੀ, ਔਰ ਹੁਣ ਤੁਸੀਂ ਪਹਿਲਾਂ ਮੇਰੇ ਲਈ ਵੇਖੋ ਅੰਧੇਰਾ ਵਾ, ਫਿਰ ਵੀ ਮੈਂ ਲਾਈਟ ਅਤੇ ਅੰਧੇਰਾ, ਔਰ ਉਦੋਂ ਦੀ ਮੈਂ ਤੁਹਾਨੂੰ ਦੱਸਦਾ ਪਈ ਵੀ ਉੱਥੇ ਸਾਨੂੰ ਤੁਹਾਨੂੰ ਪਤਾ ਫਿਰੋਜ਼ਪੁਰ ਆਪਾਂ ਨੂੰ ਮਿਲਦਾ ਯਾਰ 2000 ਰੁਪਏ 'ਚ, ਔਰ ਇੱਥੇ ਸਾਨੂੰ 5000 ਰੁਪਏ। ਫਿਰ ਵੀ ਮੈਂ ਕਿਹਾ ਚਲੋ ਕੋਈ ਨਹੀਂ ਯਾਰ ਅਸੀਂ ਐਡਜਸਟ ਕਰ ਲਾਂਗੇ, ਅਤੇ ਆਪਾਂ ਫਿਰ ਵੀ ਬੁੱਕ ਕਰਾ ਲਿਆ, ਔਰ ਮੀਨੂ ਵਗੈਰਾ ਵਾ ਆਹ ਸਿਲੈਕਟ ਹੋ ਰਿਹਾ ਸੀਗਾ 10 ਹੌਕਰਸ, ਠੀਕ ਹੈ, ਔਰ ਇਹਦੇ ਮੀਨੂ ਵਗੈਰਾ ਮੈਂ ਸਿਲੈਕਟ ਕਰ ਚੁੱਕਾ। ਪਰ ਤੁਹਾਨੂੰ ਹੁਣ ਮੈਂ ਦੱਸਣਾ ਮੋਟਾ ਮੋਟਾ ਦੱਸ ਦਿੰਦਾ, ਜਿਵੇਂ ਕਹਿ ਲਈਏ ਮੈਂ ਪੁੱਛਿਆ ਸੀ ਕਹਿੰਦੇ ਯਾਰ ਇਹਦੇ 'ਚ ਕੋਈ ਖਾਸ ਸਪੈਸੀਫਿਕ ਕੁਝ ਹੈ ਨਹੀਂ ਖਾਸ ਕੋਈ ਐਕਸਟਰਾ, ਅਤੇ ਉਹੀ ਬਸ ਬਰਗਰ ਪੀਜ਼ਾ ਔਰ ਕੀ ਕਹਿੰਦੇ ਉਹਨੂੰ ਸੈਂਡਵਿਚ, ਔਰ ਸੈਂਡਵਿਚ ਹੁੰਦਾ ਕਿ ਗ੍ਰਿਲ ਸੈਂਡਵਿਚ ਔਰ ਕੋਲਡ ਡਰਿੰਕ ਵਗੈਰਾ ਇਹੀ ਚੀਜ਼ਾਂ ਵਾ, ਹੋਰ ਐਕਸਟਰਾ ਕੋਈ ਨਹੀਂ, ਆਈਸ ਕ੍ਰੀਮ ਵੀ ਹੈ ਨਹੀਂ ਨਾ ਕੁਝ, ਉਹ ਫਿਰ ਦੇਖਾਂਗੇ, ਔਰ ਇਹੀ ਸੀਗਾ। ਸ਼ਾਇਦ ਮੈਂ ਕੁਝ ਮਿਸ ਕਰ ਗਿਆ, ਸੋਰੀ, ਲਾਈਟ ਹੋ ਰੋ ਫੋਨ ਆ ਜਾਂਦੇ ਮੈਨੂੰ ਦੁਕਾਨ ਘਰੋਂ, ਆਹ ਦਾ ਟਾਈਮ ਹੋ ਗਿਆ ਰੋਟੀ ਖਾਣੀ, ਘਰ ਦੇ ਕਹਿੰਦੇ ਆ ਜਾ ਰੋਟੀ ਖਾ ਲਾ ਲੇਟ ਨਾ ਕਰ, ਅਤੇ ਲੈਕਸ ਦਾ ਫੋਨ ਆ ਗਿਆ ਆਹ, ਤੁਹਾਨੂੰ ਕੱਲ੍ਹ ਮੈਂ ਕਨਫਰਮ ਕਰ ਦੂੰਗਾ ਖਾ ਦੂੰਗਾ, ਠੀਕ ਆ, ਕੱਲ੍ਹ ਬਰਥਡੇ ਪਾਰਟੀ 'ਚ ਮਿਲਦੇ। ਇਸ ਤੋਂ ਬਾਅਦ ਥੈਂਕ ਯੂ ਸੋ ਮਚ ਫੋਰ ਵਾਚਿੰਗ, ਲਵ ਯੂ, ਔਰ ਹੋਰ ਕੋਈ ਸੋਰੀ ਕੋਈ ਗੱਲ ਮੈਨੂੰ ਮਾਇੰਡ 'ਚ ਨਹੀਂ ਆਉਂਦੀ ਕਿਉਂਕਿ ਯਾਦ ਨਹੀਂ ਆ, ਜਲਦੀ ਆ ਲੈਕਸ ਦੇ ਫੋਨ ਆ।